ਬਈ ਯੂ ਗਾਇਸ ਐਕਚੁਅਲੀ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਸੀ ਕਿ ਅਸੀਂ ਨਾ ਅੱਜ ਦੀ ਸਾਡੀ ਬੁਕਿੰਗ ਹੋਈ ਹੈ ਫਾਈਜ਼ਰ ਦਾ ਇੰਜੈਕਸ਼ਨ ਲਗਵਾਉਣ ਦੀ ਨਾ ਕੋਵਿਡ ਲਈ ਵੈਕਸੀਨੇਸ਼ਨ ਕਰਵਾਉਣਾ ਹੁਣ ਅਸੀਂ ਬਸ ਰੈਡੀ ਹਾਂ ਅਤੇ ਅਰਾਊਂਡ 2 ਨੀਅਰਲੀ 3 ਓ'ਕਲੋਕ ਐਕਚੁਅਲੀ ਹੋਣ ਵਾਲੇ ਆ ਐਂਡ ਸਾਡੀ ਬੁਕਿੰਗ ਵੈਸੇ 4 ਓ'ਕਲੋਕ ਦੀ ਬਟ ਅਸੀਂ ਹੁਣੇ ਜਾਵਾਂਗੇ ਕਿਉਂਕਿ ਉੱਥੇ ਜਾ ਕੇ ਅਦਰਵਾਈਜ਼ ਪਾਰਕਿੰਗ ਨਹੀਂ ਮਿਲਦੀ ਐਂਡ ਸੋ ਹੁਣ ਅਸੀਂ ਚੱਲੇ ਹਾਂ ਵਿਸ਼ ਅਸ ਗੁੱਡ ਲੱਕ ਐਂਡ ਦੇਖਦੇ ਪਹਿਲਾ ਡੋਜ਼ ਆ ਥੋੜ੍ਹਾ ਜਿਹਾ ਡਰ ਘਬਰਾਹਟ ਵੀ ਇੰਨੀ ਜ਼ਿਆਦਾ ਵੀ ਨਹੀਂ ਪਰ ਥੋੜ੍ਹੀ ਜਿਹੀ ਹੈਗੀ ਆ ਸੋ ਦੇਖਦੇ ਹਾਂ ਹੁਣ ਕੀ ਹੁੰਦਾ ਹੈ ਕਿਉਂਕਿ ਚਲੋ ਤੁਹਾਨੂੰ ਦੱਸ ਦੇਵਾਂ ਬਸ ਅਸੀਂ ਰੈਡੀ ਬੈਠੇ ਬੱਚਿਆਂ ਦੇ ਨਹੀਂ ਲੱਗਣਾ ਇੰਜੈਕਸ਼ਨ ਬਸ ਮੇਰੇ ਤਾਂ ਬਲਵਿੰਦਰ ਦੇ ਲੱਗ ਰਿਹਾ ਸੋ ਅਸੀਂ ਹੁਣ ਦੋਨੋਂ ਚੱਲੇ ਹਾਂ ਐਂਡ ਵੀ ਆਰ ਰੈਡੀ ਟੂ ਲੀਵ ਨਾਓ ਓਕੇ ਆਲ ਸੀ ਯੂ ਗਾਈਜ਼ ਲੇਟਰ ਬਾਏ ਪਾਰਕਿੰਗ ਸਾਨੂੰ ਮਿਲ ਗਈ ਆ ਅਤੇ ਹੁਣ ਅਸੀਂ ਵੋਕ ਕਰਕੇ ਉਸ ਸੈਂਟਰ ਤੱਕ ਜਾਵਾਂਗੇ ਜਿੱਥੇ ਵੈਕਸੀਨੇਸ਼ਨ ਲਗਾਉਂਦੇ ਹਨ ਅਤੇ ਵੈਸੇ ਇੱਥੇ ਲੋਕਡਾਊਨ ਆ ਪਰ ਹੁਣ ਆਈ ਥਿੰਕ ਇੱਥੇ ਵੈਕਸੀਨੇਸ਼ਨ ਕਰਕੇ ਕਾਫੀ ਲੋਕ ਆਏ ਹੋਏ ਆ ਅਤੇ ਦੇਖਦੇ ਹਾਂ ਹੁਣ ਜਾ ਕੇ ਦੇਖੋ ਕੀ ਹੁੰਦਾ ਹੈ ਇੱਥੇ ਸੋ ਗਾਇਸ ਹੁਣ ਅਸੀਂ ਜਾ ਰਹੇ ਹਾਂ ਪਾਰਕਿੰਗ ਲਗਾ ਕੇ ਹੀ ਵੀ ਆਰ ਵਾਕਿੰਗ ਟੂਵਰਡਸ ਦਾ ਸੈਂਟਰ ਵੋਕ ਹੀ ਕਰੀ ਜਾ ਰਹੇ ਹਾਂ ਸਾਹ ਚੜਿਆ ਪਿਆ ਹਜੇ ਵੀ ਦੂਰ ਲੱਗਦਾ ਥੋੜ੍ਹਾ ਵੈਕਸੀਨੇਸ਼ਨ ਸੈਂਟਰ ਸਾਹ ਨਹੀਂ ਆ ਰਿਹਾ ਇੱਕਦਮ ਮਾਸਕ ਲਗਾਈ ਕਰਕੇ ਸਾਡੀ ਵਾਰੀ ਨਹੀਂ ਆ ਰਹੀ ਬਿਕੋਜ਼ ਸਾਡੀ ਪਹਿਲਾਂ ਬਾਕੀ ਦੀ ਟਾਈਮਿੰਗ ਜਿਹੜੇ ਆ 3 ਓ'ਕਲੋਕ 3:15 ਐਂਡ 3:45 ਵਾਲੇ ਕਰ ਰਹੇ ਹਾਂ ਐਂਡ 4 ਓ'ਕਲੋਕ ਦੀ ਬਾਅਦ 'ਚ ਵਾਰੀ ਆਉਣੀ ਆ ਅਸੀਂ ਤੋਂ ਆਪਣੀ ਲਾਈਨ 'ਚ ਲੱਗੇ ਹਾਂ 4 ਓ'ਕਲੋਕ ਵਾਲੀ ਅਸੀਂ ਬਾਅਦ 'ਚ ਆਵਾਂਗੇ ਬਹੁਤ ਸਾਰੇ ਪੀਪਲ ਬਹੁਤ ਜ਼ਿਆਦਾ ਲੰਬੀ ਲਾਈਨ ਸਾਡੀ ਵਾਰੀ ਤਾਂ ਅਸੀਂ 3:15 'ਤੇ ਆਏ ਸੀ ਐਂਡ ਇਟਸ 4:05 ਔਲਰੇਡੀ ਸਾਨੂੰ 40-50 ਮਿੰਟ ਹੋ ਗਏ ਔਲਰੇਡੀ ਐਂਡ ਅਜੇ ਤੱਕ ਸਾਡੀ ਵਾਰੀ ਨਹੀਂ ਆਈ ਅਜੇ ਤੱਕ ਸਾਡੀ 4 ਓ'ਕਲੋਕ ਵਾਲਿਆਂ ਦੀ ਕਿੰਨੀ ਜਲਦੀ ਜਾਂਦੀ ਹੈ ਅਜੇ ਪਹਿਲੇ ਬੰਦਿਆਂ ਨੂੰ ਹੀ ਕੱਢ ਰਹੇ ਆ ਬਹੁਤ ਟਾਈਮ ਲੱਗ ਗਿਆ ਕਿੰਨੀ ਜ਼ਿਆਦਾ ਠੰਡ ਆ ਨਾ ਫ੍ਰੀਜ਼ਿੰਗ ਕੋਲਡ ਆ ਬਾਹਰ ਅਤੇ ਮੈਂ ਸਿਰ 'ਤੇ ਵੀ ਨਹੀਂ ਕੁਛ ਲੈ ਕੇ ਆਈ ਸਕਾਫ ਵੀ ਨਹੀਂ ਲੈ ਕੇ ਆਈ ਕੁਛ ਵੀ ਤਾਂ ਠੰਡ ਦੇ ਨਾਲ ਬੁਰਾ ਹਾਲ ਹੋਇਆ ਪਿਆ ਤੁਹਾਨੂੰ ਇਹ ਵਾਲੇ ਮਾਸਕ ਦੇ ਕੇ ਗਏ ਉੱਪਰ ਕਹਿੰਦੇ ਇਹ ਵਾਲੇ ਮਾਸਕ ਪਾਓ ਹਾਂਜੀ ਹੁਣ 4:06 ਹੋ ਗਏ ਅਤੇ ਅਸੀਂ ਅੰਦਰ ਆ ਗਏ ਐਕਚੁਅਲੀ ਥੋੜ੍ਹੀ ਜਿਹੀ ਹਵਾ ਘੱਟ ਗਈ ਹੈ ਕਿਉਂਕਿ ਜਦੋਂ ਮੈਂ ਗੱਲ ਕਰ ਰਹੀ ਸੀ ਨਾ ਕਿ ਹਾਂ ਸਾਨੂੰ ਹਜੇ ਤੱਕ ਨਹੀਂ ਲੈ ਕੇ ਗਏ ਸੇਮ ਟਾਈਮ 'ਤੇ ਉਹਨਾਂ ਨੇ ਸਾਨੂੰ ਆਵਾਜ਼ ਦਿੱਤੀ ਅਤੇ ਕਿਉਂਕਿ ਅਸੀਂ ਸਾਡੇ ਅੱਗੇ ਜ਼ਿਆਦਾ ਬੰਦੇ ਨਹੀਂ ਸੀ ਸਾਡੀ ਰੋਜ਼ ਦੇ ਵਿੱਚ ਅਤੇ ਅਸੀਂ ਫਰੰਟ ਦੇ 'ਤੇ ਹੀ ਸੀਗੇ ਖੜ੍ਹੇ ਔਲਰੇਡੀ ਸੋ ਸਾਡੀ ਵਾਰੀ ਆ ਗਈ ਹੁਣ ਅਸੀਂ ਮਤਲਬ ਕਿ ਐਟਲੀਸਟ ਅਸੀਂ ਰੂਫ ਦੇ ਅੰਦਰ ਗਏ ਬਾਹਰ ਬਹੁਤ ਜ਼ਿਆਦਾ ਠੰਡ ਸੀ ਅਤੇ ਇਹ ਵੀ ਡਰ ਲੱਗ ਰਿਹਾ ਸੀ ਕਿਉਂਕਿ ਤਾਂ ਮੀਂਹ ਨਾ ਪੈਣ ਲੱਗ ਪਵੇ ਨਾ So guys here we were sitting in the waiting area ਇਹ ਵੇਟਿੰਗ ਏਰੀਆ ਸੀਗਾ ਇੱਥੇ ਆਉਣ ਤੋਂ ਪਹਿਲਾਂ ਨਾ ਮਤਲਬ ਕਿ ਉਹਨਾਂ ਨੇ ਸਾਨੂੰ ਇੱਕ ਰੂਮ ਦੇ ਵਿੱਚ ਲੈ ਕੇ ਗਏ ਉੱਥੇ ਉਹਨਾਂ ਨੇ ਸਾਨੂੰ ਜਿਹੜੇ ਕੋਡ ਦਿੱਤੇ ਹੋਏ ਸੀ ਨਾ ਬੁਕਿੰਗ ਦੇ ਕੋਡ ਉਹ ਉੱਥੇ ਸਕੈਨ ਕਰਕੇ ਸਾਡੇ ਸ਼ਰਟਸ ਦੇ ਉੱਪਰ ਨਾ ਇੱਕ ਇੱਕ ਸਟਿੱਕਰ ਲਗਾ ਦਿੱਤਾ ਕਿ ਤੁਸੀਂ ਕਿਹੜੇ ਪੌਡ ਵਿੱਚ ਜਾਣਾ ਹੈ
ਸੋ ਹੁਣ ਅਸੀਂ ਇੱਥੇ ਬੈਠੇ ਹੋਏ ਆਪਣੀ ਟਰਨ ਦੀ ਵੇਟ ਕਰ ਰਹੇ ਸੀ। ਇੱਥੇ ਜਿਹੜੇ ਸਕਰੀਨ ਦੇ ਉੱਪਰ ਤੁਸੀਂ ਨੰਬਰ ਦੇਖ ਰਹੇ ਹੋ, ਉਹਨਾਂ ਨੇ ਸਾਨੂੰ ਇੱਕ ਸਲਿਪਸ ਦਿੱਤੇ ਸੀ। ਉਸ ਸਲਿਪ ਦੇ ਅਕੋਰਡਿੰਗ ਤੁਹਾਡਾ ਨੰਬਰ ਆ ਰਿਹਾ ਸੀ ਕਿ ਤੁਸੀਂ ਕਿਹੜੇ ਸੈਕਸ਼ਨ ਦੇ ਵਿੱਚ ਜਾ ਕੇ ਨਾ ਤੁਸੀਂ ਆਪਣਾ ਤੁਸੀਂ ਵੈਕਸੀਨੇਸ਼ਨ ਲੈਣਾ ਹੈ। ਸੋ ਇੱਥੇ ਹੁਣ ਅਸੀਂ ਆਲਰੇਡੀ ਚਲੇ ਗਏ ਹਾਂ, ਮੇਰੀ ਟਰਨ ਆਲਰੇਡੀ ਹੋ ਚੁੱਕੀ ਹੈ ਕੰਪਲੀਟ। ਸੋ ਹੁਣ ਇਹ ਦਲਵਿੰਦਰ ਦੀ ਟਰਨ ਸੀਗੀ ਐਂਡ ਦੀ ਲੇਡੀ ਵਾਸ ਜਸਟ ਆਸਕਿੰਗ ਦਲਵਿੰਦਰ ਫਿਊ ਕੁਸ਼ਚਨਸ ਨਾ, ਉਹ ਪੁੱਛਦੇ ਆ ਜਸਟ ਟੂ ਮੇਕ ਸ਼ੋਰ ਕਿ ਐਵਰੀਥਿੰਗ ਇਜ਼ ਫਾਈਨ, ਕਿ ਤੁਸੀਂ ਪਹਿਲਾਂ ਤਾਂ ਨਹੀਂ ਕੋਈ ਇੰਜੈਕਸ਼ਨ ਲਿਆ ਜਾਂ ਕੁਛ ਵੀ ਥਿੰਗਸ ਲਾਈਕ ਦੈਟ। ਐਂਡ ਇੱਥੇ ਨਾ ਮੇਰੀ ਇਹ ਜਿਹੜਾ ਮੈਂ ਤੁਹਾਨੂੰ ਸ਼ਰਟ ਦੇ ਉੱਪਰ ਆਪਣੇ ਦਿਖਾ ਰਹੀ ਹਾਂ ਨਾ ਕਿ ਉਹਨਾਂ ਨੇ ਇੱਕ ਨੰਬਰ ਲਿਖਿਆ ਹੋਇਆ, ਦਿਸ ਵਾਸ ਦਾ ਟਾਈਮ ਵੈਨ ਦੇ ਗੇਮ ਮੀ ਦਾ ਵੈਕਸੀਨੇਸ਼ਨ। ਸੋ 4:27 'ਤੇ ਉਹਨਾਂ ਨੇ ਮੈਨੂੰ ਵੈਕਸੀਨੇਸ਼ਨ ਦਿੱਤਾ ਐਂਡ ਸੋ ਆਈ ਹੈਵ ਟੂ ਸਟੇ ਇਨ ਦਾ ਓਬਜ਼ਰਵੇਸ਼ਨ ਏਰੀਆ ਫੋਰ 15 ਮਿੰਟਸ। ਸੋ ਆਫਟਰ ਦਾ ਮਤਲਬ ਕਿ ਜਦੋਂ ਤੁਸੀਂ ਆਪਣਾ ਵੈਕਸੀਨੇਸ਼ਨ ਜੇ 4:27 'ਤੇ ਲਿਆ ਨਾ, ਆਫਟਰ 15 ਮਿੰਟਸ ਆਫਟਰ ਦੈਟ ਯੂ ਹੈਵ ਟੂ ਵੇਟ ਇਨ ਦਾ ਓਬਜ਼ਰਵੇਸ਼ਨ ਏਰੀਆ। ਸੋ ਅਗਰ ਤੁਹਾਨੂੰ ਕੋਈ ਵੀ ਸਿਮਟਮਸ ਆਉਂਦੇ ਜਾਂ ਕੁਛ ਵੀ ਪ੍ਰੋਬਲਮ ਹੁੰਦੀ ਹੈ, ਸੋ ਦੇ ਕੈਨ ਹੈਂਡਲ ਦੈਟ ਔਰ ਦੇ ਕੈਨ ਹੈਲਪ ਯੂ ਸਮ ਹਾਓ। ਸੋ ਉਸ ਤੋਂ ਬਾਅਦ ਅਸੀਂ 15 ਮਿੰਟ ਵੇਟ ਕੀਤੀ ਐਂਡ ਆਫਟਰ ਦੈਟ ਵੀ ਜਸਟ ਲੈਫਟ ਹੋ ਐਂਡ ਹੀਅਰ ਵੀ ਵਰ ਜਸਟ ਗੋਇੰਗ ਇਨ ਦਾ ਕਾਰ ਪਾਰਕ ਐਂਡ ਸੂਨ ਆਫਟਰ ਦੈਟ ਵੀ ਲੈਫਟ। ਬੈਕ, ਆਪਣਾ ਇੰਜੈਕਸ਼ਨ ਲਗਵਾ ਲਿਆ ਆ ਕੋਵਿਡ ਦਾ, ਫਾਈਜ਼ਰ ਸਾਡੇ ਲੱਗਾ, ਫਾਈਜ਼ਰ ਦੀ ਬੁਕਿੰਗ ਕਰਵਾਈ ਸੀ, ਆ ਦੇਖੋ ਇਹ ਲੱਗ ਗਿਆ ਐਂਡ ਕੋਈ ਪ੍ਰੋਬਲਮ ਨਹੀਂ। ਥੋੜਾ ਜਿਹਾ ਜਦੋਂ ਟਾਈਮ ਵੇਸਟ ਹੋਇਆ ਨਾ ਬਾਹਰ, ਜਦੋਂ ਕਿਊ ਬਹੁਤ ਜ਼ਿਆਦਾ ਲੰਬੀ ਸੀ ਨਾ, ਬਿਕੋਜ਼ ਅਸੀਂ ਨਾ ਥੋੜਾ ਟਾਈਮ ਤੋਂ ਅਰਲੀ ਪਹੁੰਚ ਗਏ ਸੀ, ਬਿਕੋਜ਼ ਵਨ ਆਫ ਮਾਈ ਫਰੈਂਡਸ ਟੋਲਡ ਮੀ ਕਿ ਗੋ ਅਰਲੀ ਐਂਡ ਅਗਰ ਤੁਸੀਂ ਅਰਲੀ ਜਾਓ ਨਾ ਤਾਂ ਤੁਹਾਡੀ ਜਲਦੀ ਵਾਰੀ ਆ ਜਾਂਦੀ। ਅਸੀਂ ਜਲਦੀ ਚਲੇ ਗਏ ਸੀ ਥੋੜ੍ਹੇ ਕਿ ਕੰਮ ਫਿਨਿਸ਼ ਹੋ ਜਾਊਗਾ। ਉਹਨਾਂ ਨੇ ਤੁਹਾਨੂੰ ਮਤਲਬ ਕਿ ਔਨ ਟਾਈਮ ਹੀ ਲਿਆ, ਐਕਚੁਅਲੀ ਜਦੋਂ ਮੈਂ ਪਹਿਲਾਂ ਉੱਥੇ ਦੇ ਵਿੱਚ ਖੜ ਕੇ ਮੈਂ ਕਹਿ ਰਹੀ ਸੀ ਕਿ ਹਜੇ ਤੱਕ ਅਸੀਂ ਬਾਹਰ ਹੀ ਖੜੇ ਹਾਂ, ਸਾਡੇ ਉੱਥੋਂ 1 ਮਿੰਟ ਦੇ ਬਾਅਦ ਹੀ ਉਹਨਾਂ ਨੇ ਸਾਨੂੰ ਅੰਦਰ ਬੁਲਾ ਲਿਆ ਅਤੇ ਸਾਰੀ ਲਾਈਨ ਇੱਕਦਮ ਫਿਰ ਬੜੀ ਜਲਦੀ ਜਲਦੀ ਮਤਲਬ ਕਿ ਚਲ ਗਈ ਐਂਡ ਬਟ ਜਦੋਂ ਅਸੀਂ ਇਨ ਗਏ ਸਟ੍ਰੇਟ ਆਫਟਰ ਦੈਟ, ਜਦੋਂ ਮੈਂ ਤੁਹਾਨੂੰ ਕਹਿ ਰਹੀ ਸੀ ਉਸ ਤੋਂ ਬਾਅਦ ਹੀ ਉਹਨਾਂ ਨੇ ਜਦੋਂ ਸਾਨੂੰ ਅੰਦਰ ਬੁਲਾ ਲਿਆ, ਆਫਟਰ ਦੈਟ ਇੰਨੀ ਜਲਦੀ 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 ਵਾਰੀ ਆਈ ਨਾ, ਬਸ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਇੱਕ ਪਹਿਲਾਂ ਰੂਮ ਦੇ ਅੰਦਰ ਲੈ ਕੇ ਗਏ। ਉਸ ਰੂਮ 'ਚ ਜਦੋਂ ਲੈ ਕੇ ਗਏ ਉੱਥੇ ਉਹਨਾਂ ਨੇ ਸਾਡਾ ਜਿਹੜਾ ਉਹ ਕੋਡ ਨਹੀਂ ਦਿੰਦੇ ਹੁੰਦੇ ਸਕੈਨ ਕਰਨ ਵਾਸਤੇ ਬੁਕਿੰਗ ਦਾ ਕੋਡ ਨਾ, ਉਹ ਵਾਲਾ ਦਿੱਤਾ ਸਾਡੇ ਕੋਡ ਲਏ, ਉਹ ਫਿਰ ਕੋਡ ਉਹਨਾਂ ਨੇ ਸਕੈਨਿੰਗ ਕਰਕੇ ਫਿਰ ਸਾਨੂੰ ਇੱਕ ਨੰਬਰ ਦਿੱਤੇ ਸਾਡੇ ਨਾ ਉੱਥੇ ਟੀ ਸ਼ਰਟਸ ਦੇ ਉੱਪਰ ਨਾ ਨੰਬਰ ਲਗਾ ਦਿੱਤਾ ਅਤੇ ਮੈਨੂੰ ਇੱਕ ਪੌਡ 'ਚ ਕਰਤਾ ਕਿ ਅਸੀਂ ਇੱਕ ਪੌਡ 'ਚ ਸਾਡੇ ਵੈਕਸੀਨੇਸ਼ਨ ਮਿਲ ਜੂਗਾ। ਆਫਟਰ ਦੈਟ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਵੇਟਿੰਗ ਏਰੀਆ ਦੇ ਵਿੱਚ ਬਿਠਾਇਆ ਨਾ, ਸਾਨੂੰ ਇਕੱਠਿਆਂ ਨੂੰ ਫਿਰ ਸੀਟਾਂ ਉੱਥੇ ਦੇ ਦਿੱਤੀਆਂ, ਮਤਲਬ ਕਿ ਬੈਠੇ ਸਾਰੇ ਸੈਪਰੇਟ ਸੈਪਰੇਟ ਸੀ। ਉੱਥੇ ਸੋਹਣਾ ਇੰਤਜ਼ਾਮ ਸੀ ਵੈਸੇ, ਆ ਰਹੇ ਸੀ ਉੱਥੇ ਤੁਹਾਨੂੰ ਮਤਲਬ ਕਿ ਉਹਨਾਂ ਐਸ ਸੂਨ ਐਸ ਦੇ ਵਰ ਲੁਕਿੰਗ ਐਟ ਯੋਰ ਨੰਬਰ ਕਿ ਹਾਂ ਟੂ ਆ ਓਕੇ ਗੋ ਦਿਸ ਵੇ ਤੁਹਾਨੂੰ ਸੀਟਸ 'ਤੇ ਬਿਠਾ ਰਹੇ ਸੀ ਨਾਲ ਨਾਲ, ਫਿਰ ਉਹ ਤੋਂ ਬਾਅਦ ਸਕਰੀਨ ਦੇ ਉੱਪਰ ਤੁਹਾਡੇ ਨੰਬਰ ਆ ਰਹੇ ਸੀ, ਮੈਂ ਇੱਥੇ ਸ਼ੇਅਰ ਵੀ ਕਰੂੰਗੀ, ਤੁਸੀਂ ਦੇਖ ਹੀ ਲਿਆ ਹੋਣਾ ਸ਼ਾਇਦ ਹੁਣ ਤੱਕ। ਸੋ ਉਹਦੇ ਉੱਪਰ ਨਾ ਸਕਰੀਨ ਦੇ ਉੱਪਰ ਤੁਹਾਡੇ ਨੰਬਰ ਆ ਰਹੇ ਸੀ, ਜਿੱਦਾਂ ਜੇ ਮਤਲਬ ਕਿ ਤੁਸੀਂ ਕਿਹੜੇ ਦੇ ਵਿੱਚ ਜਾਣਾ, ਜਿਸ ਤਰ੍ਹਾਂ ਹੁੰਦਾ ਹੀ ਆ ਕਈ ਵਾਰੀ ਨੰਬਰ ਆਫਿਸਾਂ ਦੇ ਵਿੱਚ ਨਹੀਂ ਤੁਸੀਂ ਜਾਂਦੇ, ਜਾਂ ਮੈਡੀਕੇਅਰ ਆਫਿਸ ਜਾਂ ਆਰ ਟੀ ਆਈ 'ਤੇ ਤੁਸੀਂ ਜਾਂਦੇ ਹੋ, ਉਹਦੇ ਵਿੱਚ ਤੁਹਾਨੂੰ ਇੱਦਾਂ ਹੀ ਨੰਬਰ ਮਿਲਦੇ ਹੁੰਦੇ, ਸੇਮ ਵੀ ਇੱਥੇ ਵੀ ਇੱਦਾਂ ਹੀ ਨੰਬਰ ਸੀਗਾ ਨਾ। ਐਂਡ ਉਹਦੇ ਤੋਂ ਬਾਅਦ ਫਿਰ ਸਾਡਾ ਜਦੋਂ ਨੰਬਰ ਆਇਆ ਫਿਰ ਅਸੀਂ ਅੰਦਰ ਚਲੇ ਗਏ, ਬਸ ਉਹਨਾਂ ਨੇ ਦੇ ਆਸਕ ਅਸ ਫਿਊ ਕੁਐਸਚਨਸ ਐਂਡ ਉੱਥੇ ਮੇਰੇ ਕੋਈ ਵੀਡੀਓ ਨਹੀਂ ਬਣਾ ਹੋਈ, ਬਿਕੋਜ਼ ਮੇਰੀ ਵਾਰੀ ਪਹਿਲਾਂ ਆਈ ਅਤੇ ਦਲਵਿੰਦਰ ਨੇ ਮੇਰੀ ਕੋਈ ਵੀਡੀਓ ਨਹੀਂ ਬਣਾਈ ਐਂਡ ਬਿਕੋਜ਼ ਇਹਦਾ ਔਡ ਜਿਹਾ ਲੱਗ ਰਿਹਾ ਸੀ, ਉੱਥੇ ਕਾਫੀ ਪੀਪਲ ਸੀ, ਵੈਸੇ ਅਲੱਗ ਅਲੱਗ ਸੈਕਸ਼ਨਸ ਬਣੇ ਹੋਏ ਸੀ। ਐਕਚੁਅਲੀ ਥੋੜ੍ਹਾ ਜਿਹਾ ਮੈਂ ਸ਼ੋਰਟ ਜਿਹਾ ਲੈਣ ਦੀ ਕੋਸ਼ਿਸ਼ ਕੀਤੀ ਨਾ, ਅਤੇ ਬਟ ਇੰਜੈਕਸ਼ਨ ਵੈਕਸੀਨੇਸ਼ਨ ਟਾਈਮ 'ਤੇ ਮੇਰੇ ਕੋਲ ਪਤਾ ਨਹੀਂ ਲੈ ਰਹੀ, ਪਤਾ ਨਹੀਂ ਪਿਆ, ਵਟ ਐਵਰ ਇਜ਼ ਦੇਅਰ, ਮੈਂ ਸ਼ੇਅਰ ਕਰ ਦੂੰਗੀ, ਮੈਨੂੰ ਯਾਦ ਵੀ ਨਹੀਂ ਕਿ ਮੈਂ ਕਿੰਨੀ ਕੁ ਵੀਡੀਓ ਬਣਾਈ ਕਿੰਨੀ ਕੁ ਨਹੀਂ। ਐਂਡ ਇੰਜੈਕਸ਼ਨ ਦਾ ਬਿਲਕੁਲ ਵੀ ਦਰਦ ਨਹੀਂ ਹੋਇਆ, ਮੈਨੂੰ ਤਾਂ ਪਤਾ ਵੀ ਨਹੀਂ ਲੱਗਾ ਕਿ ਉਹਨੇ ਲਗਾ ਵੀ ਦਿੱਤਾ ਨਾ, ਅਤੇ ਪਹਿਲਾਂ ਉਹਨੇ ਥੋੜ੍ਹੇ ਜਿਹੇ ਕੁਐਸਚਨਸ ਪੁੱਛੇ ਕਿ ਤੁਹਾਨੂੰ ਕੋਈ ਐਲਰਜੀਜ਼ ਕੋਈ ਇੱਦਾਂ ਕੋਈ ਉੱਦਾਂ ਕੋਈ ਸਿਮਟਮ ਤਾਂ ਨਹੀਂ, ਕੋਈ ਹੋਰ ਤਾਂ ਨਹੀਂ ਪਹਿਲਾਂ ਲਗਵਾਇਆ ਵੈਕਸੀਨ, ਇਹ ਤੁਹਾਡਾ ਫਸਟ ਡੋਜ਼ ਆ ਐਂਡ ਨੈਕਸਟ ਅਪੁਆਇੰਟਮੈਂਟ ਕਦੋਂ ਆ, ਦਿਸ ਐਂਡ ਦੈਟ ਇੰਜੈਕਸ਼ਨ ਲਗਾ ਦਿੱਤਾ। ਇੰਜੈਕਸ਼ਨ ਤੋਂ ਬਾਅਦ ਨਾ ਐਂਡ ਸਟ੍ਰੇਟ ਆਫਟਰ ਦਾ ਇੰਜੈਕਸ਼ਨ ਉਹ ਨਾ ਇੱਥੇ ਇੱਕ ਸਟਿੱਕਰ ਲਗਾ ਦਿੰਦੇ ਨਾ, ਜਿੱਦਾਂ ਮੇਰੀ ਟਰਨ ਆਈ ਸੀ 4:27 'ਤੇ, ਉਹਨੇ ਫਿਰ ਇੱਥੇ ਟਾਈਮ ਲਗਾ ਤਾ 4:27 ਐਂਡ ਦੈਨ ਦਲਵਿੰਦਰ ਦਾ ਸੀਗਾ ਆਫਟਰ 2 ਮਿੰਟਸ ਆਫਟਰ ਮੀ ਇਟ ਵਾਸ ਦਲਵਿੰਦਰਸ ਟਰਨ ਐਂਡ 4:29 'ਤੇ ਦਲਵਿੰਦਰ ਦਾ ਇੰਜੈਕਸ਼ਨ ਲੱਗਾ, ਦਲਵਿੰਦਰ ਨੇ 4:29 ਲਗਾ ਤਾ। ਫਿਰ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਕਿਹਾ ਕਿ ਉਹ ਸਾਹਮਣੇ ਇੱਕ ਹੋਰ ਓਬਜ਼ਰਵੇਸ਼ਨ ਏਰੀਆ ਸੀ, ਉਹਦੇ ਵਿੱਚ ਫਿਰ ਜਾ ਕੇ ਅਸੀਂ ਬੈਠਣਾ ਸੀ, ਬਿਕੋਜ਼ ਜਦੋਂ ਤੁਸੀਂ ਇੰਜੈਕਸ਼ਨ ਲਵਾਉਂਦੇ ਆ ਨਾ ਉਹਨਾਂ ਨੂੰ ਇਹ ਹੁੰਦਾ ਕਿ ਅਗਰ ਕਿਸੇ ਵੀ ਪਰਸਨ ਨੂੰ ਇਹਦਾ ਸਾਈਡ ਇਫੈਕਟ ਜਾਂ ਕੁਛ ਹੋਇਆ ਨਾ 15 ਮਿੰਟਸ ਲਈ ਉੱਥੇ ਉਹ ਕਹਿੰਦੇ ਵੇਟਿੰਗ ਏਰੀਆ 'ਚ ਬੈਠੋ, ਤਾਂ ਕਿ ਅਗਰ ਕੁਛ ਵੀ ਉਹ ਹੋਇਆ ਨਾ
ਮਤਲਬ ਕਿ ਸਾਈਡ ਇਫੈਕਟ ਵਗੈਰਾ ਫਿਰ ਉਹਦਾ ਪਤਾ ਲੱਗ ਜਾਂਦਾ ਸੋ ਦੇ ਕੈਨ ਟ੍ਰੀਟ ਦੈਟ ਪਰਸਨ ਮਤਲਬ ਕਿ ਉਹਨਾਂ ਨੇ ਜੋ ਵੀ ਉਹਦੇ ਅਕੋਰਡਿੰਗ ਸਟੈਪਸ ਲੈਣੇ ਹੋਣ ਉਹ ਫਿਰ ਉਹਦੀ ਹੈਲਪ ਕਰ ਸਕਣ ਨਾ ਤਾਂ ਥੋੜ੍ਹੀ ਦੇਰ ਲਈ ਉੱਥੇ ਬਿਠਾਉਂਦੇ ਉਹਨੂੰ ਆਬਜ਼ਰਵੇਸ਼ਨ 'ਚ ਰੱਖ ਦੇ ਕੇ ਮਤਲਬ ਕਿ ਸਾਰੇ ਪੀਪਲ ਬੈਠੇ ਹੁੰਦੇ ਸਾਰੇ ਮੋਸਟਲੀ ਠੀਕ ਹੀ ਹੁੰਦੇ ਮਤਲਬ ਕਿ ਵੰਸ ਇਨ ਅ ਵਾਈਲ ਜੇ ਕੋਈ ਕੇਸ ਆਉਂਦਾ ਵੀ ਹੋਣਾ ਫਿਰ ਉਹ ਉੱਥੇ ਉਹਨਾਂ ਨੂੰ ਉਹ ਦੇਖ ਰੇਖ ਵਿੱਚ ਰੱਖ ਸੋ ਦੈਟਸ ਆਲ ਹੈਪਨਡ ਐਂਡ ਫਿਰ ਅਸੀਂ ਬਸ ਉੱਥੇ ਬੈਠੇ ਰਹੇ ਕੁਛ ਵੀ ਨਹੀਂ ਹੋਇਆ ਮਤਲਬ ਕਿ ਈਵਨ ਐਟ ਦ ਮੂਮੈਂਟ ਤਾਂ ਮੇਰੀ ਬਾਂਹ ਵੀ ਨਹੀਂ ਦੁੱਖ ਰਹੀ ਕੁਛ ਨਹੀਂ ਮਤਲਬ ਕਿ ਆਈ ਫੀਲ ਲਾਈਕ ਜਸਟ ਨੋਰਮਲ ਲਾਈਕ ਮੈਨੂੰ ਕੁਛ ਨਹੀਂ ਪ੍ਰੋਬਲਮ ਹੈਗੀ ਐਟ ਦ ਮੂਮੈਂਟ ਪਰ ਮੈਂ ਯੂਜਲੀ ਸੁਣਿਆ ਕਿ ਮਤਲਬ ਕਿ ਕਈਆਂ ਨੂੰ ਤਾਂ ਬੁਖਾਰ ਵਗੈਰਾ ਵੀ ਆਉਂਦਾ ਕਈਆਂ ਨੂੰ ਆਮ ਦੇ ਵਿੱਚ ਪੇਨ ਹੁੰਦਾ ਬਸ ਥੋੜ੍ਹੇ ਕੁ ਦਿਨਾਂ ਲਈ ਐਂਡ ਦੈਟਸ ਇਟ ਅਦਰਵਾਈਜ਼ ਮੈਂ ਕੋਈ ਖਾਸ ਸਿਮਟਮ ਨਹੀਂ ਦੇਖੇ ਜ਼ਿਆਦਾਤਰ ਪੀਪਲ ਦੇ ਵਿੱਚ ਦੇਖਦੇ ਹੁਣ ਸਾਡਾ ਕੀ ਹੁੰਦਾ ਆ ਅਤੇ ਅਗਰ ਕੁਛ ਹੋਇਆ ਜੋ ਵੀ ਜਾਂ ਪੇਨ ਵੀ ਹੋਇਆ ਜਾਂ ਕੁਛ ਵੀ ਹੋਪਫੁਲੀ ਨਹੀਂ ਹੋਊਗਾ ਕੁਛ ਵੀ ਬਟ ਜਸਟ ਇਨ ਕੇਸ ਜੇ ਦਰਦ ਵਗੈਰਾ ਵੀ ਹੋਇਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੈਨੂੰ ਕਿੱਦਾਂ ਦਾ ਫੀਲ ਹੋ ਰਿਹਾ ਜਾਂ ਕੀ ਹੋਇਆ ਕੀ ਨਹੀਂ ਹੋਇਆ ਐਂਡ ਆਈ ਫੀਲ ਲਾਈਕ ਇਟ ਸ਼ੁੱਡ ਬੀ ਓਕੇ ਐਂਡ ਸੋ ਓਵਰਆਲ ਦਾ ਐਕਸਪੀਰੀਅੰਸ ਵਾਸ ਗੁੱਡ ਐਂਡ ਸੋ ਫਾਰ ਅਸੀਂ ਦੋਨੋਂ ਬਿਲਕੁਲ ਠੀਕ ਹਾਂ ਐਂਡ ਹੁਣ ਅਸੀਂ ਬਸ ਘਰ ਜਾ ਰਹੇ ਹਾਂ ਵੀ ਆਰ ਰੀਅਲੀ ਹੰਗਰੀ 5:15 ਹੋ ਗਏ ਆ ਐਂਡ ਹੁਣ ਨਹੀਂ ਦਿਲ ਕਰਦਾ ਘਰ ਜਾ ਕੇ ਕੁਛ ਵੀ ਕਰਨ ਨੂੰ ਸੋ ਅਸੀਂ ਸੋਚ ਰਹੇ ਹਾਂ ਕਿ ਅਸੀਂ ਜਾਂਦੇ ਜਾਂਦੇ ਨਾ ਸ਼ੌਪ ਤੋਂ ਪਿੱਜ਼ਾ ਪਿੱਕ ਕਰ ਲਈਏ ਓਕੇ ਸੋ ਵੀ ਆਰ ਡਨ ਵਿਦ ਅਵਰ ਫਸਟ ਡੋਸ ਐਂਡ ਆਲਰੇਡੀ ਬੁਕਿੰਗ ਹੋਈ ਆਫਟਰ 3 weeks ਯੂ ਕੈਨ ਗੈਟ ਦਾ ਸੈਕਿੰਡ ਡੋਸ ਸੋ ਸੈਕਿੰਡ ਡੋਸ ਸਾਡਾ ਅਗਸਟ ਵਿੱਚ ਆ ਸੋ ਅਸੀਂ ਫਿਰ ਜਾਵਾਂਗੇ ਐਂਡ ਜਦੋਂ ਤੁਸੀਂ ਉੱਥੋਂ ਇੰਜੈਕਸ਼ਨ ਲਗਵਾਉਣ ਜਾਂਦੇ ਹੋ ਉੱਥੇ ਤੁਹਾਨੂੰ ਇਹ ਮਿਲਦਾ ਹੈ ਨਾ ਇੱਕ ਇਹਦੇ ਗਾਈਡਲਾਈਨਸ ਜਾਂ ਜੋ ਵੀ ਹੁੰਦਾ ਮਤਲਬ ਕਿ ਪਤਾ ਨਹੀਂ ਮੈਂ ਪੜ੍ਹਿਆ ਨਹੀਂ ਹਜੇ ਤੱਕ ਇਹਦੇ ਵਿੱਚ ਕੀ ਹੈ ਆਈ ਵਾਸ ਜਸਟ ਹੋਲਡਿੰਗ ਔਨ ਟੂ ਐਂਡ ਆਈ ਹੋਪ ਯੂ ਗਾਈਸ ਆਰ ਆਲ ਗੁੱਡ ਐਜ਼ ਵੈਲ ਐਂਡ ਤੁਸੀਂ ਵੀ ਜਿਹਨਾਂ ਜਿਹਨਾਂ ਨੇ ਵੈਕਸੀਨੇਸ਼ਨਸ ਲਗਵਾ ਲਏ ਆਲਰੇਡੀ ਇਟਸ ਗੁੱਡ ਬਟ ਜਿਹਨਾਂ ਨੇ ਨਹੀਂ ਲਗਵਾਏ ਪਲੀਜ਼ ਡੂ ਇਟ ਐਂਡ ਇਟਸ ਗੁੱਡ ਟੂ ਬੀ ਸੇਫ ਐਂਡ ਆਪਣੇ ਆਪ ਨੂੰ ਵੀ ਸੇਫ ਰੱਖੋ ਅਤੇ ਦੂਜਿਆਂ ਨੂੰ ਵੀ ਸੇਫ ਰੱਖੋ ਤੁਸੀਂ ਮੈਨੂੰ ਦੱਸਿਓ ਕਿ ਅਗਰ ਤੁਸੀਂ ਲਗਵਾਇਆ ਇੰਜੈਕਸ਼ਨ ਕਿਹੜਾ ਲਗਵਾਇਆ ਫਾਈਜ਼ਰ ਲਗਾਇਆ ਐਸਟਰਾਜ਼ੈਨਿਕਾ ਲਗਾਇਆ ਜਾਂ ਕੋਈ ਕੋਵਿਸ਼ੀਲਡ ਇੰਡੀਆ ਦੇ ਵਿੱਚ ਬਹੁਤ ਚੱਲਦਾ ਉਹ ਲਗਵਾਇਆ ਜਾਂ ਵਟ ਐਵਰ ਮਤਲਬ ਕਿ ਜੋ ਵੀ ਲਗਵਾਇਆ ਦੱਸਿਓ ਅਤੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਵੈਕਸੀਨੇਸ਼ਨ ਦੇ ਨਾਲ ਐਂਡ ਅਗਰ ਨਹੀਂ ਲਗਵਾਇਆ ਤਾਂ ਤੁਸੀਂ ਲਗਵਾ ਰਹੇ ਹੋ ਕਿ ਨਹੀਂ ਲਗਵਾ ਰਹੇ ਹੋ ਪਲੀਜ਼ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਸੋ ਪਲੀਜ਼ ਕੀਪ ਮੋਟੀਵੇਟਿੰਗ ਮੀ ਐਂਡ ਕੀਪ ਲਾਈਕਿੰਗ ਸ਼ੇਅਰਿੰਗ ਐਂਡ ਸਬਸਕ੍ਰਾਈਬਿੰਗ ਟੂ ਮਾਈ ਚੈਨਲ ਐਂਡ ਸੋ ਆਈ ਵਿਲ ਸੀ ਯੂ ਗਾਈਜ਼ ਇਨ ਅਨਦਰ ਵੀਡੀਓ ਓਕੇ ਬਾਏ ਫੋਰ ਨਾਓ ਪਤੀ ਦੇ ਪੀਜ਼ੇ ਛੱਡ ਗਏ ਮੇਰੇ ਕੋਲ ਇਹ ਲੈ ਕੇ ਆਏ ਆ ਸ਼ੋਪ ਤੇ ਵਾਪਸ ਗਏ ਕੁਛ ਕਰਨ ਸੋ ਗਾਇਜ਼ ਅਸੀਂ ਆ ਗਏ ਹਾਂ ਹੁਣ ਘਰ ਐਂਡ ਬਾਹਰ ਐਕਸਟ੍ਰੀਮਲੀ ਕੋਲਡ ਆ ਐਂਡ ਹੁਣ ਅਗੇ ਘਰ ਆ ਕੇ ਅਸੀਂ ਕੱਪੜੇ ਵਗੈਰਾ ਚੇਂਜ ਕਰ ਲਏ ਅਤੇ ਅਸੀਂ ਆਪਣੇ ਪੀਜ਼ਸ ਵਗੈਰਾ ਲੈ ਆਏ ਹਾਂ ਅਤੇ ਮੈਂ ਤੁਹਾਨੂੰ ਦਿਖਾਉਣੀ ਕਿ ਅਸੀਂ ਹੁਣ ਕੀ ਖਾਣ ਲੱਗੇ ਹਾਂ ਸੋ ਗਾਈਜ਼ ਹੁਣ ਅਸੀਂ ਬਸ ਆਪਣੇ ਪੀਜ਼ਾ ਜ਼ਰੂਰ ਇੰਜੋਏ ਕਰ ਲਈਏ ਜਿਵੇਂ ਮੈਂ ਤੁਹਾਨੂੰ ਕਿਹਾ ਇਹ ਵੈਜ ਪੀਜ਼ਾ ਦਿਸ ਇਜ਼ ਨੋਨ ਵੈਜ ਪੀਜ਼ਾ ਦੀਜ਼ ਆਰ ਲੋਡਡ ਚਿਪਸ ਐਂਡ ਦਿਸ ਇਜ਼ ਅਵਰ ਡਿਸਰਟ ਐਂਡ ਆਫਟਰ ਦਿਸ ਵੀ ਗੋਨਾ ਵਾਚ ਅ ਨਾਈਸ ਮੂਵੀ ਐਂਡ ਹੁਣ ਅਸੀਂ ਸੋਚ ਰਹੇ ਹਾਂ ਕਿ ਇੱਕ ਪੰਜਾਬੀ ਮੂਵੀ ਹੈ ਚੱਲ ਮੇਰਾ ਪੁੱਤ ਅਸੀਂ ਦੇਖੀ ਨਹੀਂ ਅਜੇ ਤੱਕ ਉਹ ਐਮਾਜ਼ੋਨ ਪ੍ਰਾਈਮ 'ਤੇ ਹੈਗੀ ਹੈ ਐਂਡ ਪ੍ਰਿੰਟ ਵੀ ਗੁੱਡ ਕੁਆਲਿਟੀ ਦਾ ਹੈ ਐਂਡ ਅਸੀਂ ਹੁਣ ਉਹ ਵਾਚ ਕਰਾਂਗੇ ਆਲਰਾਈਟ ਆਈ ਵਿਲ ਸੀ ਯੂ ਗਾਈਜ਼ ਲੇਟਰ ਔਨ ਐਂਡ ਗਿਵ ਮੀ ਅ ਲਾਈਕ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਇਫ ਯੂ ਹੈਵਨਟ ਡਨ ਯੈਟ ਐਂਡ ਆਈ ਵਿਲ ਸੀ ਯੂ ਗਾਈਜ਼ ਇਨ ਅਨਦਰ ਵੀਡੀਓ ਬਾਏ ਫੋਰ ਨਾਓ